ਰਾਜਾ ਕੋਟ ਤੁਸੀਂ ਤਾਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਸੀ, ਲੁੱਕ ਪੈਂਦੀ ਆ ਉਹਦੇ ਕਰਕੇ ਥੋੜ੍ਹਾ ਟ੍ਰੈਫਿਕ ਵੀ ਅਪਸੈਟ ਹੋ ਗਈ ਆ। ਲਾਈਵ ਤਸਵੀਰਾਂ ਦੇਖ ਰਹੇ ਜਿਹੜੀ 20-25 ਸਾਲ ਤੋਂ ਸੜਕ ਟੁੱਟੀ ਪਈ ਉਹ ਮਸਾਂ ਹੀ ਹੁਣ ਬਣਨ ਲੱਗੀ ਹੈ ਜੀ। ਇਹ ਤੁਸੀਂ ਲੁੱਕ ਪੈਂਦੀ ਦੀਆਂ ਲਾਈਵ ਤਸਵੀਰਾਂ ਦੇਖ ਰਹੇ ਜੀ। ਨਹਿਰ ਵਾਲੇ ਚੌਂਕ 'ਤੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਲੋਕ ਪੈਂਦੇ ਜ਼ਿਆਦਾ ਹੋਣ ਕਰਕੇ ਗਰਮ
ਮਗਰ ਲੁੱਕਦੇ ਗੱਡੀਆਂ ਚੜ੍ਹੀਆਂ ਅਤੇ ਫਿਰ ਜਿਵੇਂ ਆ ਫਿਰ ਘੱਟ ਹੋ ਜਾਂਦੀ ਹੈ ਅਤੇ ਗਰਮ ਲੁੱਕਦੇ ਜਾਂ ਗੱਡੀਆਂ ਚੱਲ ਅਜੇ ਰੂਲਰ ਥੋੜ੍ਹਾ ਜਿਹਾ ਘੁੰਮਿਆ ਪਰ ਸਾਈਕਲ ਦੂਜਾ ਰੂਲਰ ਅਜੇ ਆ ਰਿਹਾ ਟਰੈਫਿਕ ਜ਼ਿਆਦਾ ਹੋਣ ਕਰਕੇ ਗਰਮ ਗਰਮ ਉੱਤਰ ਕੋਲ ਟਾਇਰ ਹੀ ਖਰਾਬ ਹੋ ਜਾਣ ਟਰੈਫਿਕ ਉਹਦੇ ਉੱਤੇ ਚੱਲ ਰਹੀ ਹੈ ਬਣੀ ਨੀ ਹੁਣ ਹੋਰ ਬਣਾ ਲੱਗੇ ਵੱਡਾ ਕੋਟ ਕੀ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜੇ ਲੁੱਕ ਪੈ ਰਹੀ ਹੈ ਜਿਹੜੀ ਘੱਟੋ ਘੱਟ ਵੀ 20 ਸਾਲ ਤੋਂ ਸੜਕ ਚੁੱਕੀ ਬੜੇ ਵੱਡੇ ਵੱਡੇ 2-2 ਫੁੱਟ ਵੀ ਖੱਡੇ ਪੈ ਗਏ ਤੇ ਜਿੱਥੇ ਲੋਕਾਂ ਦਾ ਆਮ ਲੰਘਣਾ ਮੁਸ਼ਕਿਲ ਹੋ ਗਿਆ ਸੀ ਅਤੇ ਹੁਣ ਲੁੱਕ ਪੈ ਰਹੀ ਹੈ ਭਗਵੰਤ ਮਾਨ ਸਰਕਾਰ ਲੋਕਾਂ ਪਵਾ ਰਹੀ ਹੈ ਅਤੇ ਹੁਣ ਤੁਸੀਂ ਦੇਖ ਰਹੇ ਅਜੇ ਗੰਭੀ ਪੱਟੀ ਚੱਲ ਰਹੀ ਹੈ ਕੋਟਲੀ ਦੇ ਮੇਨ ਅੱਡੇ 'ਤੇ ਦੇਖ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।